ਕਿੱਦਾਂ ਸਾਰੇ ਉਮੀਦ ਆ ਠੀਕ ਠਾਕ ਹੋਵੋਗੇ। ਅੱਜ ਆਪਣੇ ਚੈਨਲ 'ਤੇ ਇੱਕ ਨਵੀਂ ਜਿਹੀ ਚੀਜ਼ ਸ਼ੁਰੂ ਕਰਨ ਲੱਗਿਆ, ਸ਼ੁਰੂ ਤਾਂ ਨਹੀਂ ਵੈਸੇ ਇੱਕ ਕੋਸ਼ਿਸ਼ ਹੀ ਕਰਨ ਲੱਗਿਆ। ਅਤੇ ਵੈਸੇ ਘੁੰਮਣ ਘੁੰਮਣ ਤਾਂ ਮੈਂ ਜਾਂਦਾ ਰਹਿੰਦਾ ਇਕੱਲਾ, ਅਤੇ ਅੱਜ ਤੁਹਾਨੂੰ ਸਾਰਿਆਂ ਨਾਲ ਘੁੰਮਾਉਣ ਲੈ ਕੇ ਚੱਲਦੇ ਹਾਂ, ਅਤੇ ਦੇਖਦੇ ਹਾਂ ਕੀ ਬਣਦਾ ਅੱਗੇ ਵੀਡੀਓ ਦਾ। ਚਲੋ ਫਿਰ ਖਿੱਚੀਏ ਤਿਆਰੀ। ਸੋ ਫਾਈਨਲੀ ਆਪਾਂ ਪਹੁੰਚ ਗਏ ਜੀ ਪਾਈਨ ਬੀਚ 'ਤੇ। ਐਕਚੁਅਲੀ ਇੱਕ ਪਾਰਕਿੰਗ ਇਹਨਾਂ ਦੀ ਉੱਧਰ ਆ ਔਫੀਸ਼ੀਅਲ ਜਿਹੜੀ ਹੈਗੀ ਆ, ਬਟ ਉਹ ਸ਼ਾਇਦ ਇਹਨਾਂ ਨੇ ਬੰਦ ਕੀਤੀ ਹੋਈ ਆ ਜਾਂ ਫਿਰ ਕੋਈ ਹੋਰ ਪਾਰਕਿੰਗ ਵੀ ਹੋ ਸਕਦੀ ਆ। ਸੋ ਅਸੀਂ ਥੋੜ੍ਹਾ ਅੱਗੇ ਆ ਗਏ, ਬਟ ਇੱਥੋਂ ਵਿਊ ਦੇਖੋ ਬਹੁਤ ਸੋਹਣਾ ਦਿਖ ਰਿਹਾ। ਅਤੇ ਪਾਣੀ ਥੋੜ੍ਹੀ ਠੰਡ ਵੀ ਬਹੁਤ ਹੈ ਕਿਉਂਕਿ ਸ਼ਾਮ ਦਾ ਟਾਈਮ ਆ, ਅਤੇ ਅਸੀਂ ਆਏ ਹਾਂ ਕਰੀਬ 4-5 ਵਜੇ। ਸੋ ਬੈਸਟ ਜਗ੍ਹਾ ਮੈਂ ਕਹੂੰਗਾ ਮੋਂਟਰੀਅਲ ਦੇ ਵਿੱਚ ਘੁੰਮਣ ਦੇ ਲਈ, ਅਤੇ ਜੋ ਵੀ ਸਟੂਡੈਂਟ ਅਪ ਡਾਊਨ ਕਰਦੇ ਆ ਬ੍ਰੈਂਪਟਨ ਵਾਲੇ ਜਾਂ ਇੱਥੇ ਘੁੰਮਣ ਆਉਂਦੇ ਆ, ਅਤੇ ਬਾਕੀ ਸਟੂਡੈਂਟ ਜਿੱਥੇ ਰਹਿੰਦੇ ਜ਼ਰੂਰ ਇੱਕ ਵਾਰੀ ਪਾਈਨ ਬੀਚ ਜਾ ਕੇ ਵਿਜ਼ਿਟ ਕਰਨ। ਵੈਸੇ ਮੈਂ ਤੁਹਾਨੂੰ ਦੱਸਦਾ, ਮੈਂ ਪ੍ਰੋਪਰ ਪਾਈਨ ਬੀਚ ਦੀ ਲੋਕੇਸ਼ਨ 'ਤੇ ਨਹੀਂ ਹਾਂ, ਮੈਂ ਥੋੜ੍ਹਾ ਅੱਗੇ ਆ ਗਿਆ ਸੀ ਕਿਉਂਕਿ ਉੱਥੇ ਪਾਰਕਿੰਗ ਅੱਜ ਉਹਨਾਂ ਦੀ ਕਲੋਜ਼ ਆ ਸ਼ਾਇਦ, ਆਈ ਥਿੰਕ ਪਾਰਕਿੰਗ ਉਹਨਾਂ ਦੀ ਹੋਰ ਜਗ੍ਹਾ ਹੋਊਗੀ, ਅਤੇ ਮੈਂ ਵੀ ਇੱਥੇ ਪਹਿਲੀ ਵਾਰ ਆ ਰਿਹਾ। ਸੋ ਬਹੁਤ ਐਕਸਾਈਟਡ ਹਾਂ ਕਿ ਹਾਂਜੀ ਜੋ ਐਗਜੈਕਟ ਲੋਕੇਸ਼ਨ ਆ ਪਾਈਨ ਬੀਚ ਦੀ, ਹੁਣ ਆਪਾਂ ਉੱਥੇ ਪਹੁੰਚ ਚੁੱਕੇ ਹਾਂ। ਅਤੇ ਆਹ ਹੈਗੀ ਆ ਸਪੈਸ਼ਲ ਆਪਾਂ ਕਹਿੰਦੇ ਹਾਂ ਓਪਨ ਪਾਰਕਿੰਗ, ਜੋ ਪਾਈਨ ਬੀਚ ਦੇ ਲਈ ਆ, ਬਿਲਕੁਲ ਸਾਹਮਣੇ ਹੀ ਆ, ਤੁਸੀਂ ਦੇਖ ਸਕਦੇ ਹੋ ਸਾਹਮਣੇ ਹੀ ਪਾਈਨ ਬੀਚ ਆ। ਅਤੇ ਬੰਦਾ ਜੇ ਗੱਡੀ ਲਾ ਗੱਡੀ 'ਚ ਆਉਂਦੇ ਹੋ ਦੂਰੋਂ ਆਉਂਦੇ ਹੋ ਨਾ, ਇੱਥੇ ਆਪਣੀ ਗੱਡੀ ਪਾਰਕ ਕਰਕੇ ਆਰਾਮ ਦੇ ਨਾਲ ਤੁਸੀਂ ਪਾਈਨ ਬੀਚ ਦੇ ਨਜ਼ਾਰੇ ਲੁੱਟ ਸਕਦੇ ਹੋ ਮੈਂ ਕਹਿੰਦਾ। ਅਤੇ ਇੱਥੇ ਪਾਰਕ ਵੀ ਇੱਕ ਪਾਈਨ ਬੀਚ ਪਾਰਕ ਜਿਹਨੂੰ ਕਹਿੰਦੇ ਆ, ਸ਼ਾਇਦ ਉੱਧਰ ਆ, ਅਤੇ ਉਹਦੇ ਵੀ ਤੁਹਾਨੂੰ ਕੁਛ ਕਲਿੱਪ ਦਿਖਾਵਾਂਗੇ ਆ।
ਹਾਂਜੀ ਆਪਾਂ ਆ ਗਏ ਜੀ ਵਾਪਸ ਗੱਡੀ ਦੇ ਵਿੱਚ ਕਿਉਂਕਿ ਟਾਈਮ 6 ਦੇ ਕਰੀਬ ਹੋ ਗਿਆ ਅਤੇ ਟੈਂਪਰੇਚਰ ਬਹੁਤ ਥੱਲੇ ਚਲੇ ਗਿਆ ਸੋ ਠੰਡ ਬਹੁਤ ਆ ਉੱਪਰੋਂ ਕੋਲ ਪਾਣੀ ਸੀਗਾ ਅਤੇ ਆਪਾਂ ਇੱਕ ਤਰੀਕੇ ਦਾ ਵਲੌਗ ਜਿਹਾ ਬਣਾਉਣ ਦੀ ਕੋਸ਼ਿਸ਼ ਕੀਤੀ ਆ ਸੋ ਜਿਵੇਂ ਵੀ ਤੁਹਾਨੂੰ ਲੱਗਿਆ ਚੰਗਾ ਲੱਗਿਆ ਮਾੜਾ ਲੱਗਿਆ ਕਿਉਂਕਿ ਪਹਿਲੀ ਵੀਡੀਓ ਸੀ ਮੇਰੀ ਇੱਦਾਂ ਕੋਈ ਨੌਲੇਜਫੁੱਲ ਕਿਉਂਕਿ ਜ਼ਿਆਦਾਤਰ ਵੀਡੀਓ ਜਿਹੜੀਆਂ ਪਾਈਆਂ ਗਾਣਿਆਂ ਦੀਆਂ ਨੇ ਸਾਰੀਆਂ ਗਾਣੇ ਦੀਆਂ ਨੇ ਸੋ ਇੱਕ ਮੇਰੇ ਵੱਲੋਂ ਟਰਾਈ ਜੀ ਸੀਗੀ ਵੀ ਕਰਕੇ ਦੇਖਦੇ ਹਾਂ ਨਾ ਅਤੇ ਦੱਸਿਓ ਕਿੱਦਾਂ ਬਣਿਆ ਅਤੇ ਐਡੀਟਿੰਗ ਕਰਾਂਗੇ ਹੁਣ ਇਹ ਤੋਂ ਬਾਅਦ ਫਿਰ ਅਪਲੋਡ ਕਰਾਂਗੇ ਅਤੇ ਆਪਣੇ ਰਿਵਿਊ ਦਿਓ ਉਹਦੇ ਬਾਰੇ ਵੀ ਕਿੱਦਾਂ ਬਣੀ ਅਤੇ ਕਿਵੇਂ ਬਣਾਈ ਅਗਲੀ ਵਾਰ ਤੋਂ ਹੈ ਨਾ ਅਤੇ ਸੋ ਇਹੀ ਸਭ ਕੁਛ ਜੀ ਅਤੇ ਚਲੋ ਜੀ ਵਿਦਾ ਲੈਂਦੇ ਤੁਹਾਨੂੰ ਸਤਿ ਸ਼੍ਰੀ ਅਕਾਲ ਹਾਂਜੀ ਜੇ ਤੁਹਾਨੂੰ ਆਪਣੀ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ ਚੈਨਲ ਨੂੰ ਅਤੇ ਆਪਣੇ ਵਿਊ ਦਿਓ ਅੱਗੇ ਤੋਂ ਵੀਡੀਓ ਕਿੱਦਾਂ ਦੀ ਬਣਾਈਏ ਅਤੇ ਥੈਂਕ ਯੂ ਸਾਰਿਆਂ ਦਾ ਵੀਡੀਓ ਦੇਖਣ ਲਈ।